ਇਹ ਜਿਹੜੇ 10 ਦਿਨ ਗੁਜ਼ਰੇ ਨੇ ਸ਼ਾਮੀ ਚੰਦ ਚੜ੍ਹਿਆ ਹੈ, ਇਹ ਜਿਹੜੇ 9 ਦਿਨ ਗੁਜ਼ਰਨੇ ਨੇ 10 ਦਿਲ ਹਜਾ ਤੱਕ ਬੜੇ ਫਜ਼ੀਲਤ ਵਾਲੇ ਨੇ ਅਤੇ ਬੜੀ ਬਰਕਤਾਂ ਅਤੇ ਰਹਿਮਤਾਂ ਵਾਲੇ 10 ਦਿਨ ਨੇ। ਸੁਣਿਆ ਜੇ ਇਹ ਮਸਲਾ ਜ਼ਰਾ ਧਿਆਨ ਨਾਲ ਸਮਝਿਆ ਜੇ, ਰਮਜ਼ਾਨੁਲ ਮੁਬਾਰਕ ਨਾ, ਰਮਜ਼ਾਨੁਲ ਮੁਬਾਰਕ ਦਾ ਮਹੀਨਾ ਕਿਹੜਾ ਮਹੀਨਾ? ਉੱਚੀ ਬੋਲੋ, ਰਮਜ਼ਾਨੁਲ ਮੁਬਾਰਕ ਦੇ ਮਹੀਨੇ ਦੀਆਂ ਰਾਤਾਂ ਅਫਜ਼ਲ ਨੇ ਆਖਰੀ ਅਸ਼ਰੇ ਦੀਆਂ, ਅਤੇ ਰਮਜ਼ਾਨ ਦੇ ਮਹੀਨੇ ਦੇ ਦਿਨਾਂ ਤੋਂ ਜ਼ਿਆਦਾ ਇਹ 10 ਦਿਨ ਅਫਜ਼ਲ ਨੇ। ਨਬੀ ਪਾਕ ਅਲੈਹਿ ਸਲਾਮ ਦੀ ਹਦੀਸ ਹੈ, ਰਮਜ਼ਾਨ ਦੇ ਦਿਨਾਂ 'ਚੋਂ ਨਾ ਬੰਦਾ ਰੋਜ਼ੇ ਦੀ ਹਾਲਤ 'ਚ ਹੁੰਦਾ ਹੈ, ਉਹਨਾਂ ਦਿਨਾਂ ਤੋਂ ਵੀ ਜ਼ਿਆਦਾ ਫਜ਼ੀਲਤ ਇਹਨਾਂ 10 ਦਿਨਾਂ ਦੀ, ਇਹਨਾਂ 10 ਦਿਨਾਂ 'ਚ ਰੋਜ਼ਾ ਵੀ ਰੱਖਣਾ ਹੈ ਅਤੇ ਤੁਸੀਂ ਕਿਆਮੁਲ ਲੈਲ ਤਹਜਦ ਵੀ ਪੜ੍ਹਨੀ ਹੈ। ਕਿਉਂ ਵੀ ਪੜ੍ਹੋਗੇ ਨਾ ਇਨਸ਼ਾਅੱਲਾ? ਤਾਂ ਹਜ਼ੂਰ ਫਰਮਾਇਆ, ਜਿਹੜਾ ਬੰਦਾ 9 ਜ਼ੁਲਹਿਜ ਦਾ ਰੋਜ਼ਾ ਰੱਖਦਾ ਹੈ ਨਾ, 9 ਜ਼ੁਲਹਿਜ ਦਾ 9 ਤਾਰੀਖ ਦਾ ਰੋਜ਼ਾ ਰੱਖਦਾ ਹੈ, ਨਬੀ ਪਾਕ ਨੇ ਫਰਮਾਇਆ ਅੱਲਾਹ ਉਹਦੇ 2 ਸਾਲਾਂ ਦੇ ਗੁਨਾਹ ਮਾਫ਼ ਕਰ ਦੇਣਗੇ। ਔਰ ਹਜ਼ੂਰ ਫਰਮਾਇਆ ਹੈ, ਨਬੀ ਪਾਕ ਨੇ ਫਰਮਾਇਆ ਹੈ, ਇੱਕ ਬੰਦਾ ਆਪਣਾ ਮਾਲ, ਆਪਣੀ ਸਵਾਰੀ ਅਤੇ ਆਪਣੀ ਜਾਨ ਲੈ ਕੇ ਅੱਲਾਹ ਦੇ ਰਸਤੇ 'ਚ ਜਾਏ ਮੈਦਾਨੇ ਜਹਾਜ਼ 'ਚ, ਅਤੇ ਉੱਥੇ ਮਾਲ ਵੀ ਸਰਫ ਕਰ ਦੇਵੇ, ਸਵਾਰੀ ਵੀ ਉੱਥੇ ਯਾਨੀ ਕਿ ਉਹਦੀ ਜ਼ਾਇਆ ਹੋ ਜਾਏ ਅਤੇ ਮਾਲ ਵੀ ਉੱਥੇ, ਅਤੇ ਇਕੱਲੀ ਜਾਨ ਲੈ ਕੇ ਆ ਜਾਏ। ਹਜ਼ੂਰ ਫਰਮਾਇਆ ਇਹ 10 ਦਿਨਾਂ ਦੇ ਅੰਦਰ ਰੋਜ਼ੇ ਰੱਖਣ ਵਾਲਾ ਅਤੇ ਕਿਆਮੁਲ ਲੈਲ ਕਰਨ ਵਾਲਾ ਇਸ ਮੁਜਾਹਦ ਤੋਂ ਵੀ ਜ਼ਿਆਦਾ ਫਜ਼ੀਲਤ ਰੱਖਦਾ ਹੈ। ਜਿਹੜਾ ਮਾਲ ਲੈ ਕੇ ਗਿਆ ਹੈ, ਜਾਨ ਲੈ ਕੇ ਗਿਆ ਹੈ, ਸਿਰਫ ਜਾਨ ਬਚਾ ਲਿਆ ਹੈ, ਸ਼ਹੀਦਾਂ ਦਾ ਫਿਰ ਬੜਾ ਰੁਤਬਾ ਹੈ ਨਾ, ਸ਼ਹੀਦ ਨਹੀਂ ਹੋਇਆ, ਗਾਜ਼ੀ ਬਣ ਕੇ ਆਇਆ ਹੈ ਅਤੇ ਅੱਲਾਹ ਦੇ ਰਸਤੇ 'ਚ ਗਿਆ, ਮਾਲ ਵੀ ਲੈ ਕੇ, ਜਾਨ ਵੀ ਲੈ ਕੇ, ਸਵਾਰੀ ਵੀ ਲੈ ਕੇ, ਸਭ ਕੁਛ ਛੱਡ ਆਇਆ, ਸਿਰਫ ਜਾਨ ਲੈ ਕੇ ਵਾਪਸ ਆ ਗਿਆ। ਹਜ਼ੂਰ ਫਰਮਾਇਆ ਉਸ ਜਾਣ ਵਾਲੇ ਤੋਂ ਕਈ ਦਰਜੇ ਬਿਹਤਰ ਜਿਹੜਾ ਇਹਨਾਂ 10 ਦਿਨਾਂ 'ਚ ਰੋਜ਼ੇ ਰੱਖਦਾ ਅਤੇ ਕਿਆਮੁਲ ਲੈਲ ਕਰਦਾ। ਕਿਉਂ ਵੀ ਰੱਖੋਗੇ ਨਾ ਇਹਨਾਂ 10 ਦਿਨਾਂ 'ਚ ਰੋਜ਼ੇ, 9 ਇਹ ਸਿਰਫ 9 ਦਾ ਹੀ ਨਹੀਂ ਇਕੱਲਾ ਰੱਖਣਾ, ਇਹ 10 ਦਿਨਾਂ ਦੇ ਵੀ ਬੰਦਾ ਰੋਜ਼ੇ ਰੱਖ ਸਕਦਾ ਹੈ। ਅਤੇ ਇਸ ਵਾਸਤੇ ਇਹਨਾਂ 10 ਦਿਨਾਂ ਦੀ ਕਦਰ ਕਰੋ ਅਤੇ ਤਕਬੀਰਾਤ ਦਾ ਇਹਤਮਾਮ ਕਰਿਆ ਕਰੋ। ਇਹ 10 ਦਿਨ ਐਵੇਂ ਦਿਨ ਨਹੀਂ, ਇਹਨਾਂ 10 ਦਿਨਾਂ ਦੀ ਕੁਰਾਨ ਦੇ ਅੰਦਰ ਅੱਲਾਹ ਨੇ ਕਸਮ ਉਠਾਈ ਹੈ। ਕੀ ਉਠਾਈਏ? ਵਲ ਫਜਰ ਵਲਾ ਯਾਲ ਇਨ ਅਸ਼ਰ, ਅੱਲਾਹ ਨੇ ਇਹਨਾਂ 10 ਦਿਨਾਂ ਦੀ ਕਸਮ ਉਠਾਈਏ। ਇਸ ਵਾਸਤੇ ਇਹਨਾਂ 10 ਦਿਨਾਂ ਦੀ ਕਦਰ ਕਰਿਆ ਜੇ, ਤਕਬੀਰਾਤ ਦਾ ਇਹਤਮਾਮ ਕਰਿਆ ਜੇ, ਇਹਨਾਂ 10 ਦਿਨਾਂ ਪੜ੍ਹਦੇ ਰਿਹਾ ਜੇ, 13 ਜ਼ਿਲ੍ਹਾ ਤੱਕ ਤਕਬੀਰਾਂ ਪੜ੍ਹਨੀਆਂ ਨੇ ਅਸਲ ਤੱਕ, ਅਤੇ ਇਹ ਇਹਨਾਂ 10 ਦਿਨਾਂ ਦੇ ਅੰਦਰ ਤੁਸੀਂ ਰੋਜ਼ੇ ਵੀ ਰੱਖਣੇ ਨੇ ਅਤੇ ਕਿਆਮੁਲ ਲੈਲ ਰਾਤ ਨੂੰ ਉੱਠ ਕੇ ਜਨਾਬੇ ਵਾਲਾ ਤਹਜਦ ਵੀ ਪੜ੍ਹਨੀ ਹੈ, ਕੁਰਾਨ ਦੀ ਤਲਾਵਤ ਵੀ ਕਰਨੀ ਹੈ, ਅਫਤਾਰੀ ਟਾਈਮ ਦੁਆ ਵੀ ਕਰਿਆ ਕਰੋ। ਇਹ ਕਬੂਲੀਅਤ ਦਾ ਵਕਤ ਹੁੰਦਾ ਹੈ ਅਤੇ ਇਹ ਦਿਨ ਬੜੇ ਫਜ਼ੀਲਤ ਵਾਲੇ ਅਤੇ ਬੜੀ ਬਰਕਤ ਵਾਲੇ ਨੇ। ਅੱਲਾਹ ਮੇਰੀ ਤੁਹਾਡੀ ਹਾਜ਼ਰੀ ਕਬੂਲ ਫਰਮਾਏ। ਅਸਲ 'ਚ ਅਸੀਂ ਇਹ ਨਫਲੀ ਰੋਜ਼ਾ ਜਿਹੜਾ ਹੈ ਨਾ ਰਮਜ਼ਾਨ ਦਾ, ਅਸੀਂ ਉਹਨਾਂ ਦੀ ਫਜ਼ੀਲਤ ਅਤੇ ਲੈਲਤੁਲ ਕਦਰ ਦੀ ਅਤੇ ਤਾਕ ਰਾਤਾਂ ਦੇ ਅੰਦਰ ਇਹ ਸਿਰਫ ਕਿਉਂ ਕਰਦੇ ਹਾਂ, ਇਹ ਮੌਲਵੀ ਬਿਆਨ ਕਰਦੇ ਨੇ, ਇਹਨਾਂ 10 ਦਿਨਾਂ ਦੀ ਫਜ਼ੀਲਤ ਉਲਮਾ ਇਕਰਾਮ ਬਿਆਨ ਕਰਦੇ ਹੀ ਨਹੀਂ, ਅਤੇ ਲੋਕਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ। ਜਦੋਂ ਉਲਮਾ ਇੱਥੇ ਸਟੇਜ 'ਤੇ ਨਬੀ ਦੇ ਮੈਂਬਰ ਤੋਂ ਦੱਸਣਗੇ ਤਾਂ ਫਿਰ ਹੀ ਪਤਾ ਲੱਗੇਗਾ ਨਾ, ਅਤੇ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਡੇ ਤੱਕ, ਮੈਂ ਬੱਲੀ ਗੁਰਨੀ ਵਾਲਾ ਆਇਆ ਦੇ ਤਹਿਤ ਗੱਲ ਨਬੀ ਪਾਕ ਦਾ ਪੈਗਾਮ ਪਹੁੰਚਾ ਦਿੱਤਾ ਹੈ, ਅਤੇ ਤੁਸੀਂ ਅੱਗੇ ਦੱਸਣਾ ਹੈ ਲੋਕਾਂ ਨੂੰ, ਅਤੇ ਇਹਨਾਂ ਦਿਨਾਂ ਦੀ ਆਪ ਵੀ ਕਦਰ ਕਰਨੀ ਹੈ, ਰੋਜ਼ੇ ਵੀ ਰੱਖਣੇ ਨੇ, ਅਤੇ ਕੁਰਾਨ ਪਾਕ ਦੀ ਤਿਲਾਵਤ ਵੀ ਕਰਨੀ ਹੈ, ਅਤੇ 9 ਜ਼ੁਲਹਿਜ ਦਾ ਰੋਜ਼ਾ ਜ਼ਰੂਰ ਰੱਖਿਆ ਜੇ। ਅੱਲਾਹ ਪਾਕ ਮੇਰੀ ਤੁਹਾਡੀ ਹਾਜ਼ਰੀ ਕਬੂਲ ਫਰਮਾਏ। ਕਿਉਂ ਵੀ ਰੱਖੋਗੇ ਨਾ ਰੋਜ਼ੇ ਇਨਸ਼ਾਅੱਲਾ? ਸਾਰੇ ਕਹੋ ਇਨਸ਼ਾਅੱਲਾ। ਕੁਰਾਨ ਪਾਕ ਦੀ ਤਿਲਾਵਤ ਕਰੋਗੇ ਨਾ ਇਨਸ਼ਾਅੱਲਾ ਜ਼ਿਆਦਾ ਤੋਂ ਜ਼ਿਆਦਾ। ਅੱਲਾਹ ਪਾਕ ਤੌਫੀਕ ਤਾ ਫਰਮਾਏ। ਸੁਬਹਾਨਕ ਅੱਲਾਹੁਮਾ ਵਬਿਹਮਦਿਕਾ ਅਸ਼ਹਦੁ ਅੱਲਾ ਇਲਾਹ ਇਲਾ ਅੰਤ ਅਸਤਗਫਿਰੁਕਾ ਵਅਤੂਬੁ।